ਉਹ ਕਿਉਂ ਕੰਮ ਨਹੀਂ ਕਰ ਰਿਹਾ? ਜੇ ਤੁਸੀਂ ਕਹਿੰਦੇ ਹੋ ਕੇਵਲ ਮੋਨੀਟਰਿੰਗ ਦੀ ਪ੍ਰੋਬਲਮ ਹੈ, ਤਾਂ ਤੁਹਾਡੀਆਂ ਸਰਕਾਰਾਂ ਰਹੀਆਂ, ਉਹ ਮੋਨੀਟਰਿੰਗ ਕਿਹਨੇ ਠੀਕ ਕਰਨੀ ਸੀ? ਕਿੰਨਾ ਕਾਰਵਾਈਆਂ ਕੀਤੀਆਂ, ਕਿਉਂ ਕੀਤੀ, ਕਿਉਂ ਨਹੀਂ ਕੀਤੀਆਂ ਇਦੋਂ ਪਹਿਲਾਂ ਵੱਖ ਵੱਖ ਮਾਮਲਿਆਂ 'ਚ? ਜਾਂ ਜੇ ਤੁਹਾਡੀਆਂ ਸਰਕਾਰਾਂ ਨਹੀਂ ਰਹੀਆਂ, ਤੁਸੀਂ ਕਿੰਨੇ ਮਨਰੇਗਾ ਵਰਕਰਾਂ ਵਾਲਿਆਂ ਬੰਦਿਆਂ ਕੋਲ ਗਏ, ਉਹਨਾਂ ਨੂੰ ਜਾਗਰੂਕ ਕੀਤਾ, ਉਹਨਾਂ ਲਈ ਅੰਦੋਲਨ ਕੀਤੇ, ਉਹਨਾਂ ਲਈ ਜੱਦੋਜਹਿਦ ਕੀਤੀ? ਤੁਹਾਡੇ ਸਾਹਮਣੇ ਮੈਂ ਬੀਬੀ ਪ੍ਰਨੀਤ ਕੌਰ ਦਾ ਆਇਆ ਹੋਇਆ ਪੜ੍ਹ ਰਿਹਾ ਸੀ, ਜਿਹੜਾ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਐਂ ਕੀਤਾ, ਪਰਿਵਾਰ ਨੇ ਐਂ ਕੀਤਾ, ਬੀਬੀ ਜੀ ਜਿਹੜੀ ਪਾਰਟੀ 'ਚ ਤੁਸੀਂ ਚਲੇ ਗਏ ਉਹਨੇ ਕੀ ਕੀਤਾ? ਪੁੱਛਿਆ ਜਾਣਾ ਹੁਣ ਉਹ ਬਣੂਗਾ, ਹੁਣ ਅਮਰਿੰਦਰ ਸਿੰਘ ਨੇ ਕੀ ਕੀਤਾ ਇਹ ਨਹੀਂ ਪੁੱਛਿਆ ਜਾਣਾ। ਹੁਣ ਇਹ ਪੁੱਛਿਆ ਜਾਣਾ ਕਿ ਜਿਹੜੀ ਪਾਰਟੀ ਸੱਤਾ 'ਤੇ ਆ 10 ਸਾਲਾਂ 'ਚੋਂ, ਉਹ ਮਨਰੇਗਾ ਕਿਉਂ ਬੰਦ ਕਰਨਾ ਚਾਹੁੰਦੀ ਹੈ? ਉਹ ਜੇ 100 ਦਿਨ ਦਾ ਕੰਮ ਦੇਣਾ, ਜਿੰਨੇ ਪੈਸੇ ਮਨਰੇਗਾ ਲਈ ਰੱਖੇ ਨੇ, ਕੇਵਲ 25 ਦਿਨ ਦਾ ਕਿਉਂ ਦੇ ਰਹੇ ਹੋ, ਬਜਟ ਰੱਖ ਰਹੇ ਹੋ? ਵਾਧੂ ਬਜਟ ਕਿਉਂ ਨਹੀਂ ਰੱਖ ਰਹੇ ਤੁਸੀਂ? ਇਹਨੂੰ ਜਿਹੜੀ ਪਾਰਟੀ ਨੇ ਮਨਰੇਗਾ ਲਾਗੂ ਕੀਤਾ ਉਹਦੀ ਕਬਰ ਕਿਉਂ ਕਹਿ ਰਹੇ ਹੋ? ਇਹ ਸਾਰੀਆਂ ਗੱਲਾਂ ਜਿੱਧਰ ਜਾ ਰਹੀਆਂ ਨੇ ਉਹਦੇ ਜਵਾਬ ਦੇਣੇ ਬਣਦੇ ਹੁੰਦੇ ਨੇ। ਔਰ ਤੁਸੀਂ ਕਹਿ ਸਕਦੇ ਹੋ ਕਿ ਪਹਿਲਾਂ ਗਲਤ ਹੋਇਆ, ਅੱਗੇ ਨੂੰ ਠੀਕ ਕਰਾਂਗੇ। ਹਰ ਇੱਕ ਨੂੰ ਸੁਧਰਨ ਦੀ ਗੱਲ ਹੈ, ਸੁਧਰ ਸਕਦਾ, ਕੋਈ ਬੜੀ ਗੱਲ ਨਹੀਂ ਹੈ। ਕਿਸੇ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਤੂੰ ਉੱਥੇ ਆ ਕੇ ਆ ਕਿਉਂ ਕਿਹਾ। ਔਰ ਸਭ ਨੂੰ ਸਗੋਂ ਇਹ ਕਿਹਾ ਸੀ, ਕਿਸਾਨ ਤਾਂ ਝੰਡੇ ਚੱਕੀ ਪਿੱਛੇ ਫਿਰਦੇ ਹੀ ਨੇ, ਉਹ ਤਾਂ ਤੁਹਾਨੂੰ ਗੱਲ ਨਹੀਂ ਕਰਨ ਦਿੰਦੇ, ਅਸੀਂ ਤੁਹਾਨੂੰ ਗੱਲ ਦਾ ਮੌਕਾ ਦੇਵਾਂਗੇ ਪੂਰਾ ਉਤਸ਼ਾਹਤਮਈ ਬੈਠ ਕੇ। ਜੇ ਉੱਥੇ ਵੀ ਗੱਲ ਨਹੀਂ ਕਰਨੀ, ਫਿਰ ਗੱਲ ਕਿੱਥੇ ਕਰਨੀ ਹੈ? ਫਿਰ ਤਾਂ ਕੋਈ ਗੱਲ ਹੀ ਨਹੀਂ ਹੈ, ਫਿਰ ਤਾਂ ਗੱਲ ਕਿਤੇ ਹੋ ਨਹੀਂ ਸਕਦੀ। ਇਸ ਲਈ ਇਹ ਇੱਕ ਬਹੁਤ ਬੜਾ ਜਿਹੜਾ ਇੱਕ ਮਾਮਲਾ ਹੈ, ਜਮਹੂਰੀਅਤ ਦੇ ਵਿੱਚ ਵੋਟਰ ਦਾ, ਲੋਕਾਂ ਦਾ, ਨਾਗਰਿਕ ਦਾ, ਉਹਦਾ ਹੱਕ ਕੀ ਹੈ ਅਤੇ ਉਹਨੂੰ ਕਿਵੇਂ ਜਵਾਬਦੇਹ ਬਣਾਉਣਾ ਲੀਡਰਾਂ ਨੂੰ, ਉਹ ਸਾਰੇ ਮਾਮਲੇ ਦੇ ਪਿੱਛੇ। ਜੇ ਲੀਡਰ ਜਵਾਬਦੇਹ ਨਹੀਂ, ਜਿਹੜੇ ਵੱਡੇ ਵੱਡੇ ਆਪਣੇ ਆਪ ਦੇ ਵਿੱਚ ਵੀ ਗੱਲ ਕਹਿੰਦੇ ਨੇ, ਡਾਕਟਰ ਗਾਂਧੀ ਜਿਹੜਾ ਕਹਿੰਦਾ ਮੈਂ ਗਰੀਬਾਂ ਦਾ ਮੈਂ ਸੀਗਾ, ਡਾਕਟਰ ਦੂਸਰੇ ਜਿਹੜੇ ਆਮ ਆਦਮੀ ਪਾਰਟੀ ਦੇ ਆਈ ਸਪੈਸ਼ਲਿਸਟ ਨੇ, ਬਲਵੀਰ ਸਿੰਘ ਇਹੀ ਗਰੀਬੀ ਦਾ ਮਸੀਹਾ ਹੁੰਦਾ ਕਿ ਗਰੀਬ ਬੰਦੇ ਤੁਹਾਨੂੰ ਹਫ਼ਤਾ ਪਹਿਲਾਂ ਸੱਦਣ ਅਤੇ ਦੋ ਵਾਰੀ ਜਾ ਕੇ ਆਉਣ। ਤੁਸੀਂ ਕਹੋ ਕਿਸੇ ਪਿੰਡ ਦੇ 20 ਬੰਦੇ ਤੇਰੀ ਪਾਰਟੀ ਦੇ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਅਤੇ ਬਾਕੀ ਬੰਦੇ ਜਿਹੜੇ ਤੇਰੀ ਪਾਰਟੀ ਦੇ ਨਹੀਂ ਹੈ ਉਹ ਜ਼ਰੂਰੀ ਨਹੀਂ ਹੈ, ਤਾਂ ਤੁਸੀਂ ਇੱਕ ਅੱਖ ਨਾਲ ਕਿਵੇਂ ਦੇਖੋਗੇ ਜੀ ਬਾਕੀ ਬੰਦਿਆਂ ਨੂੰ? ਫਿਰ ਉਹ ਤੋਂ ਬਾਅਦ ਜਾ ਕੇ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਆਓਗੇ ਅਤੇ ਕਿਵੇਂ ਲੋਕਾਂ ਦੇ ਵਿੱਚ ਆ ਕੇ ਗੱਲ ਕਰੋਗੇ ਉਹਦੇ ਮਾਮਲੇ 'ਚ? ਸ਼ਾਇਦ ਇਹੀ ਗੱਲ ਹੈ, ਇਹ 'ਚੋਂ ਨਿੱਜੀ ਹਉਮੈ ਝਲਕਦੀ ਹੁੰਦੀ ਹੈ। ਜਿਹੜੀ ਹਉਮੈ ਹੈ ਉਹ ਕਹਿੰਦਾ ਮੈਨੂੰ ਸਭ ਕੁਝ ਆਉਂਦਾ, ਲੋਕ ਮੈਨੂੰ ਕੀ ਦੱਸਣਗੇ। ਇਹ ਸਭ ਤੋਂ ਹੇਠਲੇ ਦਰਜੇ ਦੀ ਬੁੱਧੀ ਹੁੰਦੀ ਹੈ। ਲੋਕਾਂ ਦੀ ਵਿਜਡਮ ਜਿਹੜੀ ਹੈ, ਸਿਆਣਪ ਹੈ, ਸਮੂਹਕ ਸਿਆਣਪ ਜਿਹੜੀ ਹੈ, ਉਹ ਕਿਸੇ ਵੀ ਵੱਡੇ ਤੋਂ ਵੱਡੇ ਬੁੱਧੀਮਾਨ ਤੋਂ ਜ਼ਿਆਦਾ ਲਿਆਕਤ ਰੱਖਦੀ ਹੈ ਅਤੇ ਉਹ ਜ਼ਿਆਦਾ ਸਮਝਦਾਰੀ ਰੱਖਦੀ ਹੈ ਅਤੇ ਉਹਦੇ ਤੋਂ ਮੂੰਹ ਮੋੜਨ ਵਾਲਾ ਕੋਈ ਵੀ ਬੰਦਾ ਸ਼ਾਇਦ ਉੱਥੇ ਜਾ ਕੇ, ਕਿਉਂਕਿ ਸਵਾਲ ਨਹੀਂ ਹੁੰਦਾ, ਜੋ ਤੁਸੀਂ ਕਹਿਣਾ ਅੱਗੇ ਤੁਰ ਜਾਂਦੇ ਹੋ, ਇੱਥੇ ਥੋੜ੍ਹਾ ਬਹੁਤ ਇਹ ਹੋਵੇ ਕੋਈ ਸਵਾਲ ਵੀ ਕਰ ਲੂਗਾ। ਹਾਲਾਂਕਿ ਆਪਾਂ ਇਹ ਕਿਹਾ ਹੋਇਆ ਸੀ ਆਪਾਂ ਸਵਾਲ ਨਹੀਂ ਕਰਦੇ, ਪਹਿਲਾਂ ਆਉਣ, ਇੰਨਾ ਕਿਉਂ ਡਰ ਰਹੇ ਨੇ? ਇੰਨਾ ਤਾਂ ਸਾਡੇ ਨਾਲ ਕੋਈ ਗੱਲ ਨਹੀਂ, ਅਜੇ ਬੈਠਣ ਲੱਗਣ, ਬੈਠਣ ਲੱਗਣਗੇ ਅਤੇ ਇਦੋਂ ਬਾਅਦ ਹੀ ਦੇਖਿਆ ਜਾਏਗਾ ਸਾਰਾ ਮਾਮਲਾ। ਔਰ ਉਹ ਸਾਰੇ ਮਾਮਲੇ ਦੇ ਵਿੱਚੋਂ ਇੱਕ ਗੱਲ ਕਲੀਅਰ ਹੈ ਕਿ ਇਹ ਦੌਰ ਚਲਾਉਣਾ ਆਪਾਂ ਇਦੋਂ ਬਾਅਦ ਲਗਾਤਾਰ, ਲੋਕਾਂ ਦੀ ਤਾਕਤ ਦਿਖਾਉਣੀ ਹੈ। ਲੋਕਾਂ ਦੀ ਇਹ ਤਾਕਤ ਹੈ ਕਿ ਆਪਾਂ ਇੱਥੇ ਆ ਕੇ ਸਭ ਨੂੰ ਸੱਦਿਆ, ਜਿਹੜੇ ਅੱਧੇ ਆਏ ਨੇ, ਅਤੇ ਜੇ ਅਗਲੇ ਵਾਰੀ ਇਹ ਤਾਕਤ ਹੋਰ ਬਹੁਤੀ ਹੋ ਗਈ, ਜਿਹੜੇ ਨਹੀਂ ਆਏ ਉਹ ਵੀ ਆਉਣ ਲੱਗ ਜਾਣਗੇ। ਪਹਿਲਾਂ ਉਹ ਆਉਣ ਲੱਗਣਗੇ, ਇਦੋਂ ਬਾਅਦ ਪੜ੍ਹਨ ਲੱਗ ਜਾਣਗੇ। ਜਦੋਂ ਪੜ੍ਹਨ ਲੱਗ ਗਏ ਫਿਰ ਤੁਹਾਡੀਆਂ ਗੱਲਾਂ ਕਹਿਣ ਲੱਗ ਜਾਣਗੇ। ਔਰ ਇਹ ਮੇਰੀ ਗਰੰਟੀ ਹੈ, ਜਿੰਨੇ ਪਟਿਆਲੇ 'ਚ ਖੜ੍ਹੇ ਨੇ, ਕਿਸੇ ਨੇ ਚੱਜ ਨਾਲ ਮਨਰੇਗਾ ਐਕਟ ਪੜ੍ਹਿਆ ਹੋਵੇ, ਕਿਸੇ ਨੇ ਮਿਡ ਡੇ ਮੀਲ ਕੁੱਕ ਦਾ ਮੰਗ ਪੱਤਰ ਪੜ੍ਹਿਆ ਹੋਵੇ,
ਕਿਸੇ ਨੇ ਪੰਚਾਇਤੀ ਰਾਜ ਐਕਟ ਪੜ੍ਹ ਕੇ ਐਮਪੀ ਲੈਂਡ ਫੰਡ ਮਿਲਦਾ ਸਾਰੇ ਐਮਪੀਜ਼ ਨੂੰ, ਕਿਸੇ ਨੇ ਗ੍ਰਾਮ ਸਭਾਵਾਂ ਦੇ ਇਕੱਠ ਬੁਲਾ ਬੁਲਾ ਕੇ ਫੰਡ ਦੇਣ ਦੀ ਪ੍ਰਥਾ ਸ਼ੁਰੂ ਕੀਤੀ ਹੋਵੇ? ਨਹੀਂ ਕੀਤੀ, ਕਿਉਂਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ, ਜੇ ਪਤਾ ਤਾਂ ਬੇਈਮਾਨੀ ਹੈ ਕਿ ਲੋਕਾਂ ਦੀ ਸੰਗਤ ਦੀ ਬਜਾਏ ਮੈਂ ਆਪਣਾ ਗੁੱਟ ਖੜ੍ਹਾ ਕਰਨਾ, ਮੈਂ ਧੜੇਬਾਜ਼ ਆਦਮੀ ਹਾਂ, ਮੈਂ ਸੰਗਤ ਦਾ ਆਦਮੀ ਨਹੀਂ ਹਾਂ, ਮੈਂ ਲੋਕਾਂ ਦਾ ਆਦਮੀ ਨਹੀਂ ਹਾਂ। ਦੋਨੋਂ ਗੱਲਾਂ ਖਤਰਨਾਕ ਨੇ, ਅਗਿਆਨੀ ਬੰਦਾ ਵੀ ਖਤਰਨਾਕ ਹੈ ਔਰ ਬਾਕੀ ਵੀ। ਮੈਂ ਸਾਡੇ ਇੱਕ ਬਹੁਤ 93 ਸਾਲ ਦੇ ਬਜ਼ੁਰਗ ਮਾਸਟਰ ਇਕਬਾਲ ਸਿੰਘ ਕਪੂਰਥਲੇ ਏਰੀਏ 'ਚ ਹੁੰਦੇ ਸੀਗੇ, ਉਹਨਾਂ ਦੀ ਮੌਤ ਹੋਈ ਆ ਪਿਛਲੇ ਹਫ਼ਤੇ। ਉੱਥੇ ਇੱਕੋ ਹੀ ਸ਼ਬਦ ਚੱਲਿਆ ਲਗਾਤਾਰ, ਅੰਧੀ ਰਹੀਤ ਗਿਆਨ ਵੀ ਹੋਣੀ। ਉਹ ਕਹਿੰਦੇ ਮਾਸਟਰ ਜੀ ਕਹਿ ਕੇ ਗਏ ਨੇ ਵੀ ਮੇਰੇ ਤਾਂ ਉਹ ਤੋਂ ਬਾਅਦ ਜਾਚ 'ਚ ਨਾ ਇਹੀ ਇਕੱਲੀ ਗੱਲ ਕਹਿਣੀ, ਇਹੀ ਸ਼ਬਦ ਪੜ੍ਹਾਉਣਾ, ਹੋਰ ਕੋਈ ਨਹੀਂ ਸ਼ਬਦ ਪੜ੍ਹਾਉਣਾ। ਕਿਉਂਕਿ ਉਹ 93 ਸਾਲ ਹੀ ਲੱਗੇ ਰਹੇ, ਪਹਿਲਾਂ ਸਟੂਡੈਂਟ ਮੂਵਮੈਂਟ 'ਚ, ਫਿਰ ਟੀਚਰ ਮੂਵਮੈਂਟ 'ਚ, ਫਿਰ ਕਿਸਾਨ ਮੂਵਮੈਂਟ 'ਚ, ਅਤੇ ਅੱਜ ਤੱਕ ਵੀ ਜਾਗਰੂਕਤਾ ਦਾ ਰੋਸ਼ਨੀ ਕਰਨ ਦੇ ਲਈ ਇੱਕ ਜ਼ਿੰਦਗੀ ਲਾਤੀ। ਅਤੇ ਉਹ ਫਿਰ ਵੀ ਕਹਿੰਦੇ ਨੇ ਕਿ ਉਸ ਤੋਂ ਬਾਅਦ ਵੀ ਘੱਟੋ ਘੱਟ ਜੇ ਪਾਵਰ ਨੂੰ ਗਿਆਨ ਨਹੀਂ ਮਿਲੂਗਾ, ਜੇ ਜਾਗਰੂਕਤਾ ਨਹੀਂ ਆਊਗੀ, ਤਾਂ ਉਹ ਗਿਆਨ ਤੋਂ ਬਿਨਾਂ ਅੱਖਾਂ ਚਾਹੇ ਦੇਖਦੀਆਂ ਨੇ ਪਰ ਨਜ਼ਰੀਆ ਨਹੀਂ ਬਣਦਾ, ਸਮਝਦਾਰੀ ਨਹੀਂ ਬਣਦੀ। ਸਾਡੇ ਤਾਂ ਕੈਂਡੀਡੇਟ ਉੱਤੇ ਲੀਡਰ ਜੇਕਰ ਗਿਆਨ ਵੀ ਹੋਣੇ ਨੇ ਤਾਂ ਉਹਨਾਂ ਨੂੰ ਕੀ ਕਿਹਾ ਜੇ? ਇਕੱਲੀ ਰੈਯਤ ਤਾਂ ਨਹੀਂ ਨਾ ਹੈ, ਉਹ ਤਾਂ ਲੀਡਰ ਨੇ, ਬੜੇ ਪਾਵਰਫੁੱਲ ਨੇ, ਬਲੈਕ ਕੈਟ ਕਮਾਂਡੋ 'ਚ ਆਉਂਦੇ ਨੇ, ਵੱਖ ਵੱਖ ਚੀਜ਼ਾਂ ਨੇ। ਇਹਨਾਂ ਗੱਲਾਂ ਨੂੰ ਸਾਹਮਣੇ ਰੱਖਣਾ ਹੁੰਦਾ। ਇੱਕ ਜਮਹੂਰੀਅਤ ਦਾ ਰਸਤਾ ਕਿ ਲੀਡਰ ਲੋਕਾਂ ਪ੍ਰਤੀ ਜਵਾਬਦੇਹ ਹੋਣ ਅਤੇ ਲੋਕਾਂ ਦੇ ਮੁਤਾਬਕ ਪਾਰਲੀਮੈਂਟ 'ਚ ਬੋਲਣ, ਵਿਧਾਨ ਸਭਾ ਵਿੱਚ ਬੋਲਣ। ਅਤੇ ਉਹ ਬੋਲਣ ਦੇ ਕਾਬਲ ਇਸ ਕਰਕੇ ਨਹੀਂ ਕਿਉਂਕਿ ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਜਿਹੜੇ ਇਕੱਠ ਹੁੰਦੇ ਨੇ, ਹੁਣ ਮੈਂ ਉਹਨੂੰ ਇਕੱਠ ਹੀ ਕਹੂੰਗਾ ਕਿਉਂਕਿ ਸਿਲੈਕਟਡ ਤਾਂ ਉਸੇ ਹੁੰਦੇ ਨੇ, ਔਰ ਉੱਥੇ ਜੋ ਉਹ ਖਲਾਰਾ ਖੰਡਾਉਂਦੇ ਨੇ ਜਿਸ ਕਿਸਮ ਦਾ, ਉਹ ਤੁਸੀਂ ਵੀ ਦੇਖਦੇ ਹੋ ਅੱਜ ਕੱਲ੍ਹ ਟੈਲੀਵਿਜ਼ਨ ਦੇ ਉੱਤੇ, ਉਹ ਕੀ ਖੰਡਾਉਂਦੇ ਨੇ, ਜਿਵੇਂ ਤੂੰ ਤੂੰ ਕਰਦੇ ਨੇ, ਬਾਹਾਂ ਚੜ੍ਹਾ ਕੇ ਗਾਲੀ ਗਲੋਚ ਕਰਦੇ ਨੇ, ਉਹ ਗੁੰਡਾਗਰਦੀ ਤੋਂ ਬਿਨਾਂ ਕੀ ਨਜ਼ਰ ਆਉਂਦਾ? ਸਾਨੂੰ ਕਿਵੇਂ ਪਤਾ ਲੱਗੂ ਵੀ ਸਿਆਣੇ ਬੰਦੇ ਬਹਿਸ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ, ਅਸੈਂਬਲੀ ਦੇ ਵਿੱਚ? ਕੁੜੀਆਂ ਜਿਹੜੀਆਂ ਨੇ, ਉਹ ਕੁੜੀਆਂ ਜਿਹੜੀਆਂ ਮੈਡਲ ਲੈ ਕੇ ਆਈਆਂ ਜੰਤਰ ਮੰਤਰ 'ਤੇ ਦਿੱਲੀ 'ਚ ਬੈਠਣ, ਪ੍ਰਧਾਨ ਮੰਤਰੀ ਜ਼ੁਬਾਨ ਨਾ ਖੋਲ੍ਹੇ, ਔਰ ਉਹ ਲੋਕ ਜਿਹੜੇ ਵੱਖ ਵੱਖ ਮਾਮਲਿਆਂ ਦੇ ਵਿੱਚ, ਵੱਡੀ ਗੱਲ ਅੱਜ ਕੱਲ੍ਹ ਹੋ ਰਹੀ ਹੈ ਇੱਕ ਦਿੱਲੀ ਦੇ ਵਿੱਚ, ਵੂਮੈਨ ਕਮਿਸ਼ਨ ਦੀ ਚੇਅਰਪਰਸਨ ਅਤੇ ਰਾਜ ਸਭਾ ਦੀ ਮੈਂਬਰ MP ਬੀਬੀ, ਉਹ ਕਹਿੰਦੀ ਹੈ ਕਿ ਕਿਸੇ ਲੀਡਰ ਦੇ PA ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ, ਕੀਤੀ ਹੈ। ਆਪਦੇ ਘਰੋਂ ਟੈਲੀਫੋਨ ਕਰਦੀ ਹੈ, ਪੁਲਿਸ ਵਾਲੇ ਕੋਲ ਜਾਂਦੀ ਹੈ, ਪਹਿਲਾਂ ਤਾਂ ਪੁਲਿਸ ਵਾਲਾ ਦੇਖੋ ਆਉਂਦਾ ਹੈ, MP ਨੂੰ ਇਹ ਕਹਿੰਦਾ ਬੀਬੀ ਥਾਣੇ ਆ ਕੇ ਰਿਪੋਰਟ ਲਿਖਾ ਜਾ, ਭਾਈ ਤੂੰ ਇੱਥੇ ਆ ਹੀ ਗਿਆ ਹੈ ਤਾਂ ਰਿਪੋਰਟ ਕਿਉਂ ਨਹੀਂ ਲਿਖਣ ਜਾਂਦਾ? ਇਹ ਕਿੱਥੇ ਕਿਹਾ ਕਿ ਥਾਣੇ ਆ ਕੇ ਰਿਪੋਰਟ ਆਏ ਲਿਖਾਈ ਜਾਂਦੀ ਹੁੰਦੀ ਹੈ? ਦੂਜੀ ਗੱਲ ਇਹ ਹੈ ਕਿ ਉਹ ਬੀਬੀ 'ਤੇ ਵੀ ਪਤਾ ਨਹੀਂ ਕੀ ਪ੍ਰੈਸ਼ਰ ਪਾਇਆ, ਹੁਣ ਉਹਨੇ ਡਰਦੀ ਨੇ ਪੁਲਿਸ ਨੂੰ ਫਿਰ ਰਿਕਾਰਡ ਦੇਤਾ, ਅਤੇ ਲੀਡਰ ਚੁੱਪ ਨੇ ਕਿ ਇਹ ਸਵਾਲ ਦਾ ਜਵਾਬ ਨਹੀਂ ਦਊਗਾ, ਵੋਟਾਂ ਮੈਨੂੰ ਦਿਓ, ਜਿਹੜਾ ਤੁਸੀਂ ਪੁੱਛਦੇ ਹੋ ਮੈਂ ਇਹਦਾ ਜਵਾਬ ਨਹੀਂ ਦਊਂਗਾ। ਇਹ ਕਿਹੜੀ ਲੀਡਰੀ ਹੋਈ ਔਰ ਇਹ ਕਿਹੜੀ ਪਾਰਦਰਸ਼ਤਾ ਹੋਈ ਵੱਖ ਵੱਖ ਕਿਸਮ ਦੀ? ਇਸ ਲਈ ਜਵਾਬਦੇਹੀ ਤੋਂ ਲੀਡਰਸ਼ਿਪ ਨਿਰਧਾਰਤ ਹੈ, ਉਹ ਜਵਾਬਦੇਹ ਨਹੀਂ ਹੋਣਾ ਚਾਹੁੰਦੇ। ਜਿੰਨਾ ਚਿਰ ਜਵਾਬਦੇਹ ਨਹੀਂ ਹੋਣਾ ਚਾਹੁੰਦੇ ਉਨਾ ਚਿਰ ਲੋਕਾਂ ਦੇ ਰੱਖਿਅਕ, ਲੋਕਾਂ ਦੇ ਹਿੱਤਾਂ ਦੇ ਲੀਡਰ ਨਹੀਂ ਆ ਸਕਦੇ, ਲੀਡਰਸ਼ਿਪ ਪੈਦਾ ਨਹੀਂ ਹੋ ਸਕਦੀ। ਔਰ ਇਸੇ ਕਰਕੇ ਇਹ ਟੈਸਟ ਹੈ, ਇੱਕ ਪ੍ਰੀਖਿਆ ਹੁੰਦੀ ਹੈ। ਇਹਨਾਂ ਮੰਚਾਂ ਤੋਂ ਆਪਾਂ ਵਾਰ ਵਾਰ ਪ੍ਰੀਖਿਆ ਲੈਣੀ ਹੈ ਆਗੂਆਂ ਦੀ, ਇਕੱਲੇ SA 'ਚ ਨਹੀਂ ਲੈਣੀ, ਵਿਧਾਨ ਸਭਾ 'ਚ ਵੀ ਲੈਣੀ ਹੈ, ਪੰਚਾਇਤੀ ਰਾਜ 'ਚ ਵੀ ਲੈਣੀ ਹੈ, ਜ਼ਿਲ੍ਹਾ ਪ੍ਰੀਸ਼ਦ 'ਚ ਵੀ ਲੈਣੀ ਹੈ, ਬਲਾਕ ਸਮਿਤ 'ਚ ਵੀ ਲੈਣੀ ਹੈ, ਕਾਰਪੋਰੇਸ਼ਨ 'ਚ ਵੀ ਲੈਣੀ ਹੈ, ਉਹ ਸਾਰੀ ਪ੍ਰੀਖਿਆ ਕਿ ਆਓ ਸਾਂਝੇ ਮੰਚਾਂ 'ਤੇ ਤੁਹਾਡੇ ਕੋਲ ਜੋ ਹੈ। ਹੌਲੀ ਹੌਲੀ ਇਹ ਸੰਵਾਦ ਦਾ ਰੂਪ ਲਊਗਾ, ਜਿਵੇਂ ਜਿਵੇਂ ਇਹ ਸੰਵਾਦ ਦੇ ਰੂਪ ਦੇ ਵਿੱਚ ਢਲ ਗਈ ਕੋਈ ਚੀਜ਼,
ਤਾਂ ਸ਼ਾਇਦ ਇੱਕ ਪ੍ਰਥਾ ਬਣ ਜਾਏ, ਜਿਵੇਂ ਸਾਡੇ ਸੱਭਿਆਚਾਰ 'ਚ ਹੌਲੀ ਹੌਲੀ ਆਈ ਹੈ। ਸੰਗਤ ਦਾ ਸਵਾਲ, ਪੰਗਤ ਦਾ ਸਵਾਲ, ਲੰਗਰ ਦਾ ਸਵਾਲ, ਅਸੀਂ ਆਪਣੇ ਆਪ ਸੰਗਤ 'ਚ ਬੈਠ ਜਾਂਦੇ ਹਾਂ ਉੱਥੇ ਜਾ ਕੇ, ਇਸ ਰੂਪ ਦੇ ਵਿੱਚ ਹੈ, ਉੱਚੇ ਨੀਵੇਂ ਬੜੇ ਸਾਰੇ ਕਾਸੇ ਤੋਂ। ਅਤੇ ਜੇ ਸਿਆਸੀ ਪਿੰਡ ਦੇ ਵਿੱਚ ਵੀ ਉਹਨੂੰ ਢਾਲ ਲਈਏ ਤਾਂ ਇੱਕ ਬਹੁਤ ਵੱਡਾ ਫਾਇਦਾ ਲੋਕਾਂ ਦਾ ਹੋਏਗਾ। ਤਾਂ ਜਿਹੜਾ ਤਾਕਤਵਰ ਇੱਕੋ ਇੱਕ ਬੰਦਾ ਹੈ, ਇਹਦੀ ਬਜਾਏ ਲੋਕਾਂ ਦੀ ਤਾਕਤ ਨੂੰ ਕਬੂਲ ਕਰੇਗਾ। ਔਰ ਜੇ ਲੋਕਾਂ ਦੀ ਤਾਕਤ ਨੂੰ ਕਬੂਲ ਕਰਨ ਦਾ ਜਿਹੜਾ ਮਾਮਲਾ ਹੈ, ਜਦੋਂ ਅਸੀਂ ਉਹਨਾਂ ਚਿਰ ਨਹੀਂ ਕਰਦਾ, ਕਿਉਂਕਿ ਜਮਹੂਰੀਅਤ ਦੇ ਵਿੱਚ ਕਿਹਾ ਜਾਂਦਾ ਜਥਾ ਪਰਜਾ ਤਥਾ ਰਾਜਾ। ਜਦੋਂ ਰਾਜਿਆਂ ਦਾ ਰਾਜ ਸੀ ਉਦੋਂ ਕਿਹਾ ਜਾਂਦਾ ਸੀ ਜਥਾ ਰਾਜਾ ਤਥਾ ਪਰਜਾ। ਹੁਣ ਅਸੀਂ ਆਪ ਬਣ ਕੇ ਦਿਖਾਉਣਾ ਹੈ, ਪਿੰਡਾਂ ਦੀਆਂ ਗ੍ਰਾਮ ਸਭਾਵਾਂ ਆਪ ਕਰਨੀਆਂ ਨੇ, ਮਨਰੇਗਾ ਦਾ ਕਾਨੂੰਨ ਆਪ ਲਾਗੂ ਕਰਾ ਰਹੇ ਹਾਂ, ਜਿਵੇਂ ਮਿਡ ਡੇ ਮੀਲ ਕੁੱਕ ਦੀ ਜਿਹੜੇ ਉਜਰਤ ਦੇ ਕਾਨੂੰਨ ਤੋਂ ਲੈ ਕੇ ਬਾਕੀ ਮੰਗਾਂ ਨੇ ਉਹ ਸਾਰੀਆਂ ਨੇ। ਜਦੋਂ ਆਪ ਖੜ੍ਹੇ ਹੋ ਗਏ ਲੋਕ, ਉਦੋਂ ਬਾਅਦ ਲੀਡਰ ਨਤਮਸਤਕ ਹੋਣਾ ਸ਼ੁਰੂ ਹੋ ਜਾਣਗੇ। ਅਸੀਂ ਹੇਠੋਂ ਸ਼ੁਰੂ ਕਰਨਾ, ਉੱਪਰੋਂ ਇਹ ਚੀਜ਼ਾਂ ਬਦਲਣ ਵਾਲੀਆਂ ਨਹੀਂ ਹੈ। ਉੱਪਰ ਐਡਾ ਬੇੜਾ ਗਰਕ ਗਿਆ, ਸੁਧਾਰ ਦੀ ਚਾਂਸ ਉੱਪਰੋਂ ਖਤਮ ਹੋ ਗਿਆ। ਹੁਣ ਜਦੋਂ ਵੀ ਕੰਮ ਹੋਏਗਾ ਗਰਾਸ ਰੂਟ ਤੋਂ ਹੋਏਗਾ, ਹੇਠੋਂ ਹੋਏਗਾ। ਤੁਸੀਂ ਬਹੁਤ ਧੰਨਵਾਦ ਦੇ ਪਾਤਰ ਹੋ ਕਿ ਇੰਨੀ ਗਰਮੀ ਦੇ ਬਾਵਜੂਦ, ਘੱਟ ਪੈਸਿਆਂ ਦੇ ਬਾਵਜੂਦ, ਆਪੋ ਆਪਣੇ ਕੰਮ ਛੱਡ ਕੇ ਸਾਰੇ ਕੰਮਾਂ ਦੇ ਬਾਵਜੂਦ ਇੰਨੀ ਗਿਣਤੀ ਦੇ ਵਿੱਚ ਆ ਕੇ ਇੱਥੇ ਬੈਠੇ ਹੋ ਔਰ ਸੁਣ ਰਹੇ ਹੋ, ਧਿਆਨ ਨਾਲ ਸੁਣ ਰਹੇ ਹੋ। ਉਹਨਾਂ ਦੀ ਗੱਲ ਵੀ ਤੁਸੀਂ ਧਿਆਨ ਨਾਲ ਸੁਣੀ, ਸਾਰਿਆਂ ਦੀ ਹੋਰ ਗੱਲ ਵੀ ਧਿਆਨ ਨਾਲ ਸੁਣੋਗੇ। ਤੁਸੀਂ ਅਸਲ ਦੇ ਵਿੱਚ ਅਸਲੀ ਰੂਪ ਦੇ ਵਿੱਚ ਜਾਗਰੂਕਤ ਹੋਣ ਦੀ ਤੁਹਾਡੇ 'ਚ ਇੱਕ ਨੀਅਤ ਪੈਦਾ ਹੋ ਗਈ। ਜਦੋਂ ਨੀਅਤ ਬਣ ਜਾਂਦੀ ਹੈ ਕਿਸੇ ਬੰਦੇ ਦੀ, ਉਹਨੂੰ ਕੋਈ ਜਾਗਰੂਕ ਹੋਣ ਤੋਂ ਨਹੀਂ ਰੋਕ ਸਕਦਾ। ਜਦੋਂ ਜਾਗਰੂਕ ਹੋ ਗਏ ਤਾਂ ਇਦੋਂ ਬਾਅਦ ਉਹੀ ਲੀਡਰ ਨਤਮਸਤਕ ਹੋ ਕੇ ਤੁਹਾਡੇ ਸਾਹਮਣੇ ਆਉਣਗੇ। ਔਰ ਇਹ ਇਸ ਰੂਪ ਦੇ ਵਿੱਚ ਅੱਜ ਦਾ ਮੇਰਾ ਖਿਆਲ ਹੈ ਫੰਕਸ਼ਨ ਹੈ, ਮੈਨੂੰ ਲੱਗਦਾ ਕਿ ਇੱਕ ਕਾਮਯਾਬ ਫੰਕਸ਼ਨ ਹੈ। ਅਸੀਂ ਇੱਕ ਮੰਚ ਲਾਇਆ ਅਤੇ ਸਭ ਨੂੰ ਸੱਦਾ ਦਿੱਤਾ, ਕੌਣ ਕਿੰਨੇ ਕੁ ਟੈਸਟ ਦੇ ਵਿੱਚ ਹੈ ਇਹ ਤੁਸੀਂ ਆਪੋ ਆਪਣਾ ਵੀ ਅੰਦਾਜ਼ਾ ਲਾਉਣਾ, ਆਪਣੇ ਪਿੰਡਾਂ 'ਚ ਵੀ ਗੱਲਾਂ ਕਰਨੀਆਂ ਨੇ। ਉਹੀ ਲੀਡਰ ਤੁਹਾਡੇ ਪਿੰਡ 'ਚ ਆਉਣਗੇ ਵੀ, ਉਹਨਾਂ ਨੂੰ ਪੁੱਛਣਾ ਭਾਈ ਸਾਡੇ ਇਕੱਠ 'ਚ ਨਹੀਂ ਆਏ ਅਤੇ ਕਿਉਂ ਨਹੀਂ ਆਏ। ਜਿਹੜਾ ਵੀ ਕਦੇ ਆਊਗਾ, ਜਿੱਥੇ ਵੀ ਫਸ ਗਿਆ ਜਿਹੜੇ ਪਿੰਡ 'ਚ, ਉਹਨੂੰ ਇੰਨਾ ਜ਼ਰੂਰ ਪੁੱਛਣਾ ਸੱਭਿਅਕ ਤਰੀਕੇ ਦੇ ਨਾਲ, ਉਸ ਤਰੀਕੇ ਨਾਲ ਨਹੀਂ। ਉਹਨੂੰ ਕਹਿਣਾ ਜੀ ਮੈਂ ਤਾਂ ਇੱਕੋ ਗੱਲ ਪੁੱਛਣੀ ਹੈ, ਇੱਥੇ ਵੀ ਉਹੀ ਗੱਲ ਕਰਨ ਆਏ ਹੋ, ਅਸੀਂ ਤਾਂ ਐਡੀ ਗਿਣਤੀ 'ਚ ਉੱਥੇ ਗਏ ਸੀ, ਉੱਥੇ ਟਾਈਮ ਕਿਉਂ ਨਹੀਂ ਨਿਕਲੇ। ਬਾਕੀ ਗੱਲਾਂ ਬਾਅਦ 'ਚ ਦੇਖਾਂਗੇ ਕਿ ਜਿਹੜੀਆਂ ਬਾਕੀ ਦੀਆਂ ਗੱਲਾਂ ਨੇ। ਜਦੋਂ ਇਹ ਪੁੱਛਣ ਲੱਗ ਗਏ ਤਾਂ ਅੱਗੇ ਨੂੰ ਲੀਡਰ ਤੁਹਾਡੇ ਆਉਣ ਲੱਗ ਜਾਣਗੇ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।